ਕਰੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਮੈਂ ਚਾਹ ਮੇਰਾ ਲਾਹੌਰ ਕਾ ਰਹਿਣੇ ਵਾਲਾ ਹੂੰ। ਜੱਦੀ ਪੁਸ਼ਤੀ ਹਮ ਲਾਹੌਰ ਕੇ ਰਹਿਣੇ ਵਾਲੇ ਹੈਂ। ਹਮਾਰਾ ਪੂਰਾ ਖਾਨਦਾਨ ਯਹਾਂ ਕਾ ਰਹਿਣੇ ਵਾਲਾ ਹੈ। ਤੋ ਮੁਝੇ ਯੇ ਟੀ ਵੀ ਦੇਖ ਕੇ ਆਜ ਸੁਣ ਕੇ ਅਨਾਸ ਕੰਬੋਰ ਟੀ ਵੀ ਬਹੁਤ ਖੁਸ਼ੀ ਹੋਈ। ਔਰ ਅਸਨਾਲ ਸਾਹਿਬ ਆਜ ਤੋਂ ਕੋਈ 10-15 ਸਾਲ ਪਹਿਲੇ ਮੈਂ ਇਨਕੇ ਪਾਸ ਬੈਠਤਾ ਥਾ ਘਰ ਮੇਂ ਜਾ ਕੇ, ਤੋ ਯੇ ਇੱਕ ਰਸਾਲਾ ਨਿਕਾਲਤੇ ਹੋਤੇ ਥੇ। ਤੋ ਮੈਂ ਪੁੱਛਦਾ ਤਾ ਯਾਰ ਯੇ ਕਿਆ ਲਿਖਤਾ ਰਹਿਤਾ ਹੈ, ਯੇ ਕਿਆ ਯਾਰ ਯੇ ਕੰਬੋਵਾਂ ਕੀ ਖਿਦਮਤ ਮੈਂ ਕਰ ਰਹਾ ਹੂੰ ਆਪਣੀ ਕੌਮ ਕੀ। ਤੋ ਆਜ ਮੁਝੇ ਇਸ ਮੁਕਾਮ ਪੇ ਇਨਕੋ ਦੇਖ ਕੇ ਬਹੁਤ ਦਿਲੀ ਖੁਸ਼ੀ ਹੋਈ ਹੈ। ਅੱਲਾ ਤਾਲਾ ਇਨਕੋ ਔਰ ਤਰੱਕੀ ਦੇ ਔਰ ਕੰਬੋ ਕੌਮ ਕੀ ਖਿਦਮਤ ਕਰੇ, ਔਰ ਬਹੁਤ ਕਰ ਰਹੇ ਹੈ। ਇਨਕੇ ਸਾਥੀ ਥੇ ਵੋ ਵੀ ਦੁਨੀਆ ਸੇ ਰੁਖਸਤ ਹੋ ਗਏ ਹੈਂ, ਨਾਤੁੱਲਾ ਸਾਹਿਬ, ਔਰ ਵੋ ਵੀ ਬਹੁਤ ਬਹੁਤ ਜ਼ਿਆਦਾ ਕੰਬੋ ਪ੍ਰਸਤ ਥੇ। ਤੋ ਅੱਲਾ ਤਾਲਾ ਇਨਕੋ ਜਤਾ ਦੇ ਇਸ ਚੀਜ਼ ਕੀ, ਅੱਲਾ ਉਨਕੋ ਮਫਰਤ ਉਨਕੀ ਕਰੇ। ਔਰ ਬਹੁਤ ਅੱਛੇ ਆਦਮੀ ਥੇ ਔਰ ਇਨਕੇ ਬਹੁਤ ਸਾਥੀ ਥੇ। ਮੁਝੇ ਯੇ ਦੇਖ ਕੇ ਇਨਕਾ ਯੇ ਸਭ ਕੁਛ ਬਹੁਤ ਦਿਲੀ ਖੁਸ਼ੀ ਹੋਈ ਹੈ। ਅੱਲਾ ਤਾਲਾ ਇਨਕੋ ਬਹੁਤ ਤਰੱਕੀ ਦੇ ਔਰ ਕੰਬੋ ਕੌਮ ਕੀ ਖਿਦਮਤ ਕਰਤੇ ਰਹੇ। ਅਤੇ ਤਿੰਨ ਬੱਚੇ ਹੈ, ਦੋ ਸ਼ਾਦੀਸ਼ੁਦਾ ਹੈ, ਇੱਕ ਕੀ ਸ਼ਾਦੀ ਵੀ ਨਹੀਂ ਹੋਈ, ਛੋਟੀ ਸੀ ਫੈਮਲੀ ਹੈ। ਯੇ ਕਲੀਅਰ ਫਾਰਵਰਡਿੰਗ ਕਾ ਕੰਮ ਕਰਤੇ ਹੈ, ਇੰਪੋਰਟ ਐਕਸਪੋਰਟ ਕਾ ਏ.ਐਨ. ਕੇ ਨਾਮ ਸੇ ਗੜੀ ਸ਼ਾਹੂ ਮੇਂ ਹਮਾਰਾ ਦਫ਼ਤਰ ਹੈ। ਤੋ ਵਹਾਂ ਸੇ ਹਮਾਰਾ ਸਿਲਸਿਲਾ ਹੈ ਇੰਪੋਰਟ ਐਕਸਪੋਰਟ ਕਾ, ਵੋ ਕਰ ਰਹੇ ਹੈ। ਔਰ ਮੈਂ ਦੁਬਈ ਮੇਂ ਵੀ ਕੋਈ 15-20 ਸਾਲ ਰਹਿ ਕੇ ਆਇਆ ਹੂੰ, ਕੁਵੈਤ ਮੇਂ ਵੀ ਰਹਿ ਕੇ ਆਇਆ ਹੂੰ। ਤੋ ਯਾਨੀ ਗਲਫ ਮੈਂ ਪੂਰਾ ਦੇਖਾ ਹੁਆ ਹੈ, ਗਲਫ ਮੇਂ ਮੈਂ ਬਹੁਤ ਅੱਛਾ ਟਾਈਮ ਗੁਜ਼ਾਰਾ ਹੁਆ ਹੈ। ਤੋ ਯਹਾਂ ਅਭੀ ਮੈਂ ਏ.ਐਨ. ਕੇ ਨਾਮ ਸੇ ਇੱਕ ਕੰਪਨੀ ਹੈ, ਵਹਾਂ ਕਾਮ ਕਰ ਰਹਾ ਹੂੰ। ਤੋ ਖੁਦਾ ਕਾ ਸ਼ੁਕਰ ਹੈ, ਕੰਬੋ ਕੌਮ ਕਾ ਨਾਮ ਜੋ ਹੈ ਇਨਸ਼ਾ ਅੱਲਾ ਤਾਲਾ ਰੋਸ਼ਨ ਹੀ ਰਹੇਗਾ। ਔਰ ਬਹੁਤ ਅੱਲਾ ਤਰੱਕੀ ਕਰਾਇਆ ਇਨਕੋ, ਕਿਉਂਕਿ ਇਨਮੇਂ ਕੋਈ ਦੋ ਨੰਬਰ ਵਾਲੀ ਬਾਤ ਨਹੀਂ ਹੈ, ਸਿੱਧੇ ਸਾਦੀ ਕੌਮ ਹੈ। ਯਾਨੀ ਜੋ ਵੀ ਕਿਸੀ ਸੇ ਹੋ ਸਕਾ ਵੋ ਕਰ ਰਹਾ ਹੈ ਇਸ ਕੌਮ ਕੇ ਲੀਏ। ਔਰ ਇਨਸ਼ਾ ਅੱਲਾ ਤਾਲਾ ਮੇਰੇ ਬਾਈ ਜੋ ਸੁਣ ਰਹੇ ਹੈ ਕੰਬੋ, ਵੋ ਵੀ ਇਨਕੋ ਅਸਰਾਜ ਸਾਹਿਬ ਕੋ ਕੁਛ ਨਾ ਕੁਛ ਤਰੱਕੀ ਕਰਨੇ ਕੇ ਲੀਏ ਸਪੋਰਟ ਕਰੇ ਇਨਕੀ, ਕਿਉਂਕਿ ਯੇ ਬਹੁਤ ਅੱਛਾ ਕਾਮ ਕਰ ਰਹੇ ਹੈ। ਅੱਲਾ ਤਾਲਾ ਇਨਕੋ ਬਹੁਤ ਤਰੱਕੀ ਦੇ।